ਪੰਜਾਬ ਵਿੱਚ ਜਿਹੜੀ ਨਵੀਂ ਬਦਲਾਅ ਦੀ ਸਰਕਾਰ ਆਈ, ਆਮ ਆਦਮੀ ਪਾਰਟੀ ਸਰਕਾਰ, ਤਕਰੀਬਨ 10 ਕੁ ਮਹੀਨੇ ਹੋ ਗਏ। 10 ਮਹੀਨੇ ਪਹਿਲੇ ਬੜੇ ਚਾਅ ਨਾਲ ਪੰਜਾਬ ਦੇ ਲੋਕਾਂ ਨੇ ਐਜ ਆ ਇਤਿਹਾਸਿਕ ਵਰਡਿਕਟ ਦਿੱਤਾ। ਮੈਨੂੰ ਲੱਗਦਾ ਐਜ ਆ ਵਰਡਿਕਟ ਅੱਜ ਤੱਕ ਨਹੀਂ ਕਿਸੇ ਸਟੇਟ ਸੂਬੇ 'ਚ ਮਿਲਿਆ ਹੋਣਾ। 92 ਤੋਂ ਵੱਧ ਸੀਟਾਂ ਇੱਕੋ ਇੱਕ ਪਾਰਟੀ ਨੇ ਦਿੱਤੀਆਂ। ਬੜੀ ਉਹਨਾਂ ਦੀ ਉਮੀਦ ਸੀ ਕਿ ਇਹ ਨਵੀਂ ਸਰਕਾਰ ਆਊਗੀ, ਕਿਉਂਕਿ NS ਪਾਰਟੀ ਨੇ ਇੰਨੇ ਵਾਅਦੇ ਕੀਤੇ ਸੀ, ਲੋਕਾਂ ਦੇ ਮਨ 'ਚ ਇਹੋ ਜਿਹੀਆਂ ਗੱਲਾਂ ਪਾਈਆਂ ਸੀ ਕਿ ਜੇ ਸਾਨੂੰ ਤੁਸੀਂ ਸਰਕਾਰ ਬਣਾ ਦਿਓਗੇ ਅਸੀਂ ਪੰਜਾਬ ਨੂੰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਵਾਂਗੇ ਅਤੇ ਹਰ ਬੰਦੇ ਦੀ ਬਾਂਹ ਫੜਾਂਗੇ, ਹਰ ਗਰੀਬ ਦੀ ਬਾਂਹ ਫੜਾਂਗੇ, ਪੈਸੇ ਦੇਵਾਂਗੇ। ਜਾਂ ਲਿਸਟ ਵੱਡੀ ਸੀ, ਉਹ ਸਾਰੀ ਲਿਸਟ ਦੇਖ ਕੇ, ਇਹਨਾਂ ਦੇ ਝੂਠਾ ਪ੍ਰਚਾਰ ਦੇਖ ਕੇ ਪੰਜਾਬ ਦੀ ਜਨਤਾ ਨੇ, ਸਮੁੱਚੇ ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਮੌਕਾ ਦਿੱਤਾ। ਪਰ ਬੜਾ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ 10 ਮਹੀਨੇ ਜੋ ਬਰਬਾਦੀ ਪੰਜਾਬ ਦੀ ਇਸ ਸਰਕਾਰ ਨੇ ਕੀਤੀ ਹੈ, ਜੋ ਹਾਲਾਤ ਪੰਜਾਬ ਦੇ ਇਸ ਸਰਕਾਰ ਨੇ ਬਣਾਤੇ ਹੈ, ਮੈਨੂੰ ਤਾਂ ਡਰ ਹੈ ਜੇ ਇਸ ਤਰੀਕੇ ਨਾਲ ਆ 4 ਸਾਲ ਹੋਰ ਚੱਲੀ ਤਾਂ ਪੰਜਾਬ ਬਿਲਕੁਲ ਹੀ ਬਰਬਾਦ ਹੋ ਜਾਣਾ। ਇਹਨਾਂ ਦੀ ਜਿਹੜੀ ਪੋਲੀਟਿਕਸ, ਆਮ ਆਦਮੀ ਪੋਲੀਟਿਕਸ, ਆਮ ਆਦਮੀ ਪਾਰਟੀ ਦੀ ਜਿਹੜੀ ਸਿਆਸਤ ਹੈ, ਉਹ ਸਾਰਾ ਕੁਛ ਹੀ ਝੂਠ 'ਤੇ ਨਿਰਭਰ ਹੈ। ਉਹ ਝੂਠ ਬੋਲਦੇ ਹੈ, ਇਸ ਤਰੀਕੇ ਨਾਲ ਬੋਲਦੇ ਹੈ ਕਿ ਲੋਕਾਂ ਦੇ ਮਨ 'ਚ ਜਚਾ ਦਿੰਦੇ ਆ ਕਿ ਇਹ ਸੱਚ ਹੈ। ਪਰ ਹੁਣ ਜਦੋਂ ਪ੍ਰੈਕਟੀਕਲ ਕਰਨ ਦਾ ਕੰਮ ਆ ਗਿਆ, ਹੁਣ ਝੂਠ ਅਤੇ ਸੱਚ ਸਾਹਮਣੇ ਚੀਜ਼ਾਂ ਆ ਗਈਆਂ। ਮੈਂ 2-4 ਵੱਡੇ ਫੈਸਲੇ ਇਹਨਾਂ ਦੇ, ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੂੰਗਾ। ਇੱਕ ਤਾਂ ਇਹਨਾਂ ਨੇ ਹੁਣੀ ਜਿਹੜੀ ਇੰਡਸਟਰੀਅਲ ਪੋਲਿਸੀ ਐਲਾਨੀ ਹੈ, ਤੁਸੀਂ ਆ ਇੰਡਸਟਰੀਅਲ ਪੋਲਿਸੀ ਦੇਖ ਲਓ ਅਤੇ ਸਾਡੀ ਇਸ ਟਾਈਮ ਦੀ ਇੰਡਸਟਰੀਅਲ ਪੋਲਿਸੀ ਦੇਖ ਲਓ। ਇੰਡਸਟਰੀਅਲ ਪੋਲਿਸੀ ਦਾ ਮਤਲਬ ਕੀ ਹੁੰਦਾ ਕਿ ਆਪਾਂ ਇੰਡਸਟਰੀ ਨੂੰ ਇਨਕਰੇਜ ਕਰੀਏ ਕਿ ਪੰਜਾਬ 'ਚ ਆ ਕੇ ਇਨਵੈਸਟ ਕਰੇ। ਇੰਡਸਟਰੀ ਕਿਉਂ ਪੰਜਾਬ 'ਚ ਕਿਸੇ ਸੂਬੇ ਜਾਂਦੀ ਹੈ? ਜੇ ਉਸ ਸੂਬੇ ਵਿੱਚ ਅਮਨ ਸ਼ਾਂਤੀ ਹੋਏ, ਸੈਂਸ ਆਫ ਸਿਕਿਉਰਿਟੀ ਹੋਏ, ਉਹਨਾਂ ਨੂੰ ਰੋ ਮਟੀਰੀਅਲ ਬਿਜਲੀ ਪੂਰੀ ਮਿਲਦੀ ਹੋਏ ਅਤੇ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਏ। ਪਰ ਜਿਹੜਾ ਅੱਜ ਹਾਲਾਤ ਹੈ, ਸਾਰੇ ਇੰਡਸਟਰੀਅਲਿਸਟ ਇੰਨੇ ਇਨਸਕਿਓਰ ਹੈ, ਡਰੇ ਬੈਠੇ ਹੈ, ਗੈਂਗਸਟਰਾਂ ਦੇ ਉਹਨਾਂ ਨੂੰ ਟੈਲੀਫੋਨ ਆਇਆ ਅਤੇ ਉਹ ਪੈਸਾ ਸਾਰਿਆਂ ਨੇ ਫਰੋਤੀਆਂ ਦਿੱਤੀਆਂ। ਜਿਹੜੇ ਅਫਸਰ ਉਹਨਾਂ ਨਾਲ ਧੱਕਾ ਕਰੀ ਜਾਂਦੇ ਹੈ, ਉਹਨਾਂ ਦੀ ਕੋਈ ਮੁਸ਼ਕਲ ਹੈ, ਕਿਸੇ ਨੂੰ ਪਤਾ ਨਹੀਂ ਕਿਹਨੂੰ ਮਿਲਣਾ ਹੈ। ਦੂਜੀ ਗੱਲ ਜਿਹੜੀ ਬਿਜਲੀ ਦੀ ਹਾਲਤ ਹੈ, ਤੁਸੀਂ ਥੋੜ੍ਹੇ ਦਿਨ ਪਹਿਲੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਹੀ ਦੱਸਤਾ ਕਿ ਗਰਮੀਆਂ 'ਚ ਦੇਖੋ ਇੱਕ ਹੋਣਾ ਕੀ ਹੈ, ਪਿਛਲੇ 7 ਸਾਲ 'ਚ ਇੱਕ ਵੀ ਨਵਾਂ ਯੂਨਿਟ, ਨਵਾਂ ਪੈਦਾ ਕਰਨ ਦਾ ਕੋਈ ਕਪੈਸਿਟੀ ਨਹੀਂ ਐਡ ਕੀਤੀ। ਮੈਂ ਭਗਵੰਤ ਮਾਨ ਜੀ ਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ, ਤੁਸੀਂ ਆਪਣੇ ਇਲੈਕਸ਼ਨ ਦੇ ਕੈਂਪੇਨ ਦੇ ਦੌਰਾਨ ਤੁਸੀਂ ਕਹਿੰਦੇ ਸੀ ਕਿ ਜੇ ਬਾਦਲ ਸਾਹਿਬ ਨੇ ਜਿਹੜੇ 2 ਥਰਮਲ ਪਲਾਂਟ ਲਾਏ ਆ, ਅਸੀਂ ਉਹਨਾਂ ਨੂੰ ਬੰਦ ਕਰਾਂਗੇ, ਹੁਣ ਕਿਉਂ ਨਹੀਂ ਕਰਦੇ? ਮੈਂ ਕਿਹਾ ਭਗਵੰਤ ਮਾਨ ਜੀ, ਤੁਸੀਂ ਪੰਜਾਬ ਦੀ ਜਨਤਾ ਦੇ ਹੁਣ ਮੁੱਖ ਮੰਤਰੀ ਹੈ, ਸਾਰਾ ਅਫਸਰ ਅਤੇ ਸਾਰਾ ਡੇਟਾ ਤੁਹਾਡੇ ਕੋਲ ਹੈ, ਕਿਉਂ ਨਹੀਂ ਦੱਸਦੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੀ ਉਹਨਾਂ ਥਰਮਲ ਪਲਾਂਟ 'ਚੋਂ ਬਿਜਲੀ ਆਉਂਦੀ ਹੈ ਕਿਸ ਰੇਟ 'ਤੇ ਆਉਂਦੀ ਹੈ, ਅਤੇ ਜੇ ਬਾਹਰੋਂ ਬਿਜਲੀ ਖਰੀਦ ਰਹੇ ਹੋ ਕਿਸ ਰੇਟ 'ਤੇ ਖਰੀਦ ਰਹੇ ਹੋ? ਜਿਹੜੇ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਆ ਜਿਹੜੇ ਅਸੀਂ ਲਾਏ ਸੀ, ਤਕਰੀਬਨ 4000 ਮੈਗਾਵਾਟ, ਉਹ ਥਰਮਲ ਪਲਾਂਟ ਦੀ ਰੇਟ ਬਿਜਲੀ ਦਾ ਬਿਜਲੀ ਬੋਰਡ ਨੂੰ 2 ਰੁਪਏ 80 ਪੈਸੇ ਪੈਂਦਾ।
ਤੇ ਅੱਜ ਭਗਵੰਤ ਮਾਨ ਦੀ ਸਰਕਾਰ ਬਾਹਰੋਂ ਬਿਜਲੀ ਖਰੀਦ ਰਹੀ ਹੈ 8 ਰੁਪਏ 9 ਰੁਪਏ 10 ਰੁਪਏ। ਪਿਛਲੀ ਵਾਰ ਪਿਛਲੀ ਗਰਮੀਆਂ 'ਚ 20 ਰੁਪਏ ਯੂਨਿਟ ਖਰੀਦੀ ਸੀ, ਫਿਰ ਕਿਉਂ ਝੂਠ ਬੋਲਿਆ? ਅਤੇ ਜਿਹੜੀ ਹਾਲਾਤ ਹੋਰ ਹੈ ਕਿ ਹੁਣ ਅਗਲੇ ਦਿਨਾਂ 'ਚ ਜਦੋਂ ਥਰਮਲ ਪਲਾਂਟਾਂ ਦੀ ਜਦੋਂ ਗਰਮੀਆਂ ਆਉਣੀਆਂ, ਡਿਮਾਂਡ ਵੱਧ ਜਾਣੀ ਹੈ, ਅਤੇ ਇਸ ਕਰਕੇ ਜੇ ਹੋਰ ਡਿਮਾਂਡ ਮੰਗੀ ਹੋਰ ਮਹਿੰਗੀ ਹੋ ਜਾਣੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਚੱਲੇ ਹੈ, ਕੋਈ ਇਹਨਾਂ ਨੇ ਯੂਨਿਟ ਕੀਤਾ ਨਹੀਂ, ਉਹੀ ਕਾਲੇ ਦਿਨ ਜਦੋਂ ਰਾਤ ਨੂੰ ਬਿਜਲੀ ਨਹੀਂ ਆਉਂਦੇ ਸੀ, ਉਹੀ ਹਾਲਾਤ ਬਣ ਜਾਣੇ ਹੈ ਜਿਹੜੇ 15-20 ਸਾਲ ਪਹਿਲੇ ਸੀ ਸਾਡੀ ਸਰਕਾਰ ਆਉਣ ਤੋਂ ਪਹਿਲੇ। ਸ਼੍ਰੋਮਣੀ ਅਕਾਲੀ ਦਲ ਨੇ ਬੜੀ ਮਿਹਨਤ ਕਰਕੇ ਬਿਜਲੀ ਸਰਪਲਸ ਕੀਤੀ ਸੀ, ਪਰ ਕਾਂਗਰਸ ਦੀ ਨਲਾਇਕੀ, ਕੈਪਟਨ ਦੀ ਨਲਾਇਕੀ ਅਤੇ ਭਗਵੰਤ ਮਾਨ ਦੀ ਨਲਾਇਕੀ ਕਰਕੇ ਆਹ ਦੋਨਾਂ ਜਿਹੜੀ ਵੱਡੀ ਆਪਣੀ ਜਿਹੜੀ ਪੰਜਾਬ ਦੀ ਜਾਨ ਸੀ ਬਿਜਲੀ, ਉਹ ਇਹਨਾਂ ਨੇ ਖਤਮ ਕਰਤੀ। ਉਹ ਜਮ੍ਹਾਂ ਸਰਪਲਸ ਜਗ੍ਹਾ ਹੁਣ ਕਮੀ ਹੋ ਗਈ ਆਪਣੀ ਬਿਜਲੀ ਦੀ। ਹੁਣ ਜਿਹੜਾ ਇੰਡਸਟਰੀ ਕਿਉਂ ਲਾਊਗਾ? ਜੇ ਬਿਜਲੀ ਹੈ ਨਹੀਂ ਇੱਥੇ ਤਾਂ ਫਿਰ ਲਾਊਗਾ ਕਿੱਥੋਂ? ਜੇ ਇੱਥੇ ਗੁੰਡਾਗਰਦੀ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਹੈ, ਸਾਰੇ ਫੌਤੀ ਦਿੰਦੇ ਹੈ, ਤਾਂ ਫਿਰ ਕਿਉਂ ਲਾਊਗਾ ਇੱਥੇ? ਜਿਹੜੀ ਇੰਡਸਟਰੀਅਲ ਪਾਲਿਸੀ ਹੈ ਇਹਦੇ 'ਚ ਇੱਕ ਵੀ ਇਨਸੈਂਟਿਵ ਨਹੀਂ ਹੈ ਜਿਹੜੇ ਨਾਲ ਦੇ ਸੂਬਿਆਂ ਤੋਂ ਬਿਹਤਰ ਹੋਏ। ਜਿੰਨੇ ਨਾਲ ਦੇ ਸੂਬੇ ਆਪਣੇ, ਉਹਨਾਂ ਦੀ ਪਾਲਿਸੀ ਦੇਖੋ ਅਤੇ ਆਪਣੀ ਦੇਖੋ। ਸਾਡੀ ਸਰਕਾਰ ਦੇ ਦੌਰਾਨ ਅਸੀਂ ਇਨਵੈਸਟ ਪੰਜਾਬ ਬਣਾਇਆ, ਉਦੋਂ ਇਨਵੈਸਟਮੈਂਟ ਆਈ, ਜਿੰਨੀਆਂ ਫੈਕਟਰੀਆਂ ਆਈਆਂ ਰਿਫਾਇਨਰੀਆਂ ਤੋਂ ਲੈ ਕੇ ਫੂਡ ਪ੍ਰੋਸੈਸਿੰਗ ਇੰਡਸਟਰੀ ਤੋਂ ਲੈ ਕੇ ਆਈਟੀ ਇੰਡਸਟਰੀ ਜਿੰਨੀਆਂ ਵੀ ਆਈਆਂ, ਹੀਰੋ ਦੀਆਂ ਸਾਈਕਲ ਅਤੇ ਮੋਡਰਨਾਈਜੇਸ਼ਨ, ਸਾਰੀਆਂ ਫੈਕਟਰੀਆਂ ਸਾਡੇ ਟਾਈਮ 'ਤੇ ਆਈਆਂ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਇੱਕ ਵੀ ਫੈਕਟਰੀ ਨਹੀਂ ਆਈ, ਹੁਣ ਤੱਕ ਹੀ ਆਉਣੀ ਸੀ। ਆਹ ਪਾਲਿਸੀ ਇੱਕ ਡਰਾਮਾ ਹੈ। ਕਹਿੰਦੇ ਅਸੀਂ ਰਜਿਸਟਰੀ ਫਰੀ ਕਰ ਦੋਗੇ, ਰਜਿਸਟਰੀ ਫਰੀ ਕਰਨਗੇ, CLE ਫਰੀ ਕਰਕੇ ਨਹੀਂ ਆਉਂਦਾ ਇੰਡਸਟਰੀ। ਇਨਸੈਂਟਿਵ ਜੀ, ਸਾਡੇ ਟਾਈਮ 'ਤੇ ਅਸੀਂ 100% GST ਰਿਫੰਡ ਕਰਦੇ ਸੀ ਜਿਹੜੇ ਇਹਨਾਂ ਨੇ ਬੰਦ ਕੀਤੀ ਹੈ। ਇਸ ਕਰਕੇ ਜਿਹੜੀ ਇੰਡਸਟਰੀਅਲ ਪਾਲਿਸੀ ਹੈ ਆ ਸਹੀ, ਮੈਂ ਕਈ ਇੰਡਸਟਰੀਅਲਸ ਨਾਲ ਗੱਲ ਕੀਤੀ ਹੈ ਜਦੋਂ ਇੰਡਸਟਰੀ ਪਾਲਿਸੀ ਆਈ ਹੈ, ਕਹਿੰਦੇ ਇਸ ਪਾਲਿਸੀ ਨੇ ਤਾਂ ਸਾਨੂੰ ਤਾਂ ਕਨਵਿੰਸ ਕਰਤਾ ਕਿ ਇੱਥੇ ਫੈਕਟਰੀ ਲਾਉਣ ਦੀ ਲੋੜ ਨਹੀਂ, ਤੁਸੀਂ UP ਚੱਲੋ ਅਤੇ ਹੁਣ ਅਸੀਂ ਇੱਧਰ ਜੰਮੂ ਕਸ਼ਮੀਰ 'ਚ ਜਾਣਾ। ਇੱਕ ਤਾਂ ਗੱਲ ਹੈ, ਦੂਜੀ ਗੱਲ ਤੁਸੀਂ ਦੇਖੋ ਕਿੱਡੀ ਵੱਡੀ ਠੱਗੀ। ਆਮ ਆਦਮੀ ਕਲੀਨਿਕ, ਕਿਹੜੇ ਆਮ ਆਦਮੀ ਕਲੀਨਿਕ ਹੈ ਜੀ? ਜਿਹੜੇ ਪਹਿਲੇ 50 ਬਣਾਏ ਸੀ, ਜਿਹੜੇ ਮੈਂ ਸੇਵਾ ਕੇਂਦਰ ਬਣਾਏ ਸੀ ਆਪਣੀ ਸਰਕਾਰ ਦੇ ਦੌਰਾਨ, ਜਿੱਥੇ ਲੋਕਾਂ ਨੂੰ ਕੋਈ ਵੀ ਕੰਮ ਕਰਾਉਣਾ ਹੁੰਦਾ ਉਹਨਾਂ ਸੇਵਾ ਕੇਂਦਰਾਂ ਜਾਂਦੇ ਅਤੇ ਮਿੰਟਾਂ 'ਚ ਕੰਮ ਹੋ ਜਾਂਦਾ ਸੀ, ਉਸੇ ਸੇਵਾ ਕੇਂਦਰ ਨੂੰ ਬੰਦ ਕਰਕੇ ਉੱਥੇ ਜਿਹੜੇ ਨਾਲ ਦੇ ਹਸਪਤਾਲਾਂ, ਸਰਕਾਰੀ ਹਸਪਤਾਲਾਂ, ਡਾਕਟਰ ਅਤੇ ਨਰਸਾਂ ਜੀ ਉੱਥੇ ਭੇਜਤੀਆਂ, ਅਤੇ ਉਹਨੂੰ ਕਹਿਤਾ ਕਿ ਆਮ ਆਦਮੀ ਕਲੀਨਿਕ। 20 ਲੱਖ ਰੁਪਇਆ ਸਾਡੀ ਇੱਕ ਸੇਵਾ ਕੇਂਦਰ ਦਾ ਖਰਚਾ 10 ਲੱਖ ਰੁਪਇਆ ਸੀ, ਸਾਰੀ ਬਿਲਡਿੰਗ ਸਾਰਾ ਕੁਛ ਬਣਾ ਕੇ ਇੱਕ ਸੇਵਾ ਕੇਂਦਰ। ਇਹਨਾਂ ਨੇ 20 ਲੱਖ ਰੁਪਇਆ ਇੱਕ ਸੇਵਾ ਕੇਂਦਰ ਨੂੰ ਠੀਕ ਕਰਨ ਵਾਸਤੇ ਰੈਨੋਵੇਸ਼ਨ 'ਤੇ ਲਾਇਆ। ਦੇਖੋ ਕਿੱਡਾ ਵੱਡਾ ਠੱਗੀ ਹੈ। ਅਤੇ ਡਾਕਟਰ ਇੱਕ ਨਵਾਂ ਨਹੀਂ ਭਰਤੀ ਕੀਤਾ, ਇੱਕ ਨਰਸ ਨਵੀਂ ਨਹੀਂ ਭਰਤੀ ਕੀਤੀ, ਜਿਹੜੇ ਹਸਪਤਾਲ ਪੁਰਾਣੇ ਸੀ, ਜਿਹੜੇ ਪਿੰਡਾਂ ਦਾ ਹਸਪਤਾਲ ਸੀ ਉਹ ਬੰਦ ਕਰਕੇ, ਡਿਸਪੈਂਸਰੀਆਂ ਬੰਦ ਕਰਕੇ ਸਾਰੇ ਇੱਥੇ ਲਿਆਉਂਦੇ। ਹੁਣ ਰੌਲਾ ਪੈ ਗਿਆ। ਹੁਣ ਤੁਸੀਂ ਦੇਖੋ 5 ਪਿਆਰਿਆਂ ਦੇ ਨਾਂ 'ਤੇ ਹੋਸਪਿਟਲ ਬਣੇ ਹੋਣ, ਉਹਨਾਂ ਨੂੰ ਬੰਦ ਕਰਕੇ ਭਗਵੰਤ ਮਾਨ ਨੇ ਆਪਣੀ ਫੋਟੋ ਲਾ ਕੇ ਕਹਿੰਦਾ ਜੀ ਕਲੀਨਿਕ ਹੈ। ਅਤੇ ਮੈਂ ਕੱਲ੍ਹ ਅਖਬਾਰ ਪੜ੍ਹ ਰਿਹਾ ਸੀ ਕੀ ਕਰਨ ਲੱਗਿਆ, ਹੁਣ ਕਹਿੰਦੇ ਜੀ ਹੋਮਿਓਪੈਥਿਕ ਦੇ ਡਾਕਟਰ ਦੇ, ਹੁਣ ਸੇਵਕ ਆ ਜਿਹੜੇ ਭਗਵੰਤ ਮਾਨ ਦੇ ਜਿਹੜਾ ਕਲੀਨਿਕ 'ਚ ਹੈ, ਹੁਣ ਇਹਨਾਂ ਨੂੰ ਇੰਚਾਰਜ ਬਣਾ ਤਾ ਉਸ ਦਿਨ ਕਲੀਨਿਕ ਦੇ, ਨਰਸਾਂ ਨੂੰ ਦੇ ਤਾ ਕਿ ਨਰਸ ਬੈਠਾ ਗੁਰੂ ਇਕੱਲੀ। ਕਿਉਂ ਆਪਾਂ ਮਜ਼ਾਕ ਕਰਦੇ ਹਾਂ? ਤੁਸੀਂ ਕਦੇ ਪੰਜਾਬ ਦੇ ਲੋਕ ਸਮਝ ਗਏ ਹੁਣ? ਜਾਂ ਜਿਹੜੇ ਤੁਹਾਡੇ ਡਰਾਮੇ ਹੈ ਨਾਂ ਚੇਂਜ ਕਰਕੇ ਫੋਟੋਆਂ ਲਾ ਕੇ, ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ
ਤੁਸੀਂ ਕੀ ਕਹਿੰਦੇ ਹੁੰਦੇ ਸੀ ਆਪਣੀ ਸਰਕਾਰ ਜਦੋਂ ਓਪੋਜੀਸ਼ਨ 'ਚ, ਕਿ ਆ ਫੋਟੋਆਂ ਦੇਖੋ ਬਾਦਲਾਂ ਨੇ ਲਾਈਆਂ, ਇੱਧਰ ਲਾਈਆਂ ਉੱਧਰ ਲਾਈਆਂ, ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਹਰ ਚੀਜ਼ 'ਚ ਫੋਟੋ, ਚਲੋ ਅਸੀਂ ਤਾਂ ਜਿਹੜੀ ਚੀਜ਼ ਕੀਤੀ ਸੀ, ਜਿਹੜੀ ਪ੍ਰੈਕਟੀਕਲ ਨਵੀਂ ਚੀਜ਼ ਲਿਆਉਂਦੀ ਸੀ, ਨਵੀਂ ਪੋਲਿਸੀ, ਉਹਦੇ ਸਾਡੀ ਐਡਵਰਟਾਈਜ਼ਮੈਂਟ ਸੀ, ਪਰ ਤੁਸੀਂ ਅਤੇ ਪੁਰਾਣੇ ਮਾਲ ਨੂੰ, ਤੁਸੀਂ ਪੁਰਾਣੀ ਗੱਡੀ ਨੂੰ ਰੰਗ ਪੇਂਟ ਕਰਕੇ ਅਤੇ ਤੁਸੀਂ ਉਹਦੇ 'ਚ ਦਿਖਾਉਣਾ ਚਾਹੁੰਦੇ ਆ ਕਿ ਵੇਚਣਾ ਚਾਹੁੰਦੇ ਆ ਕਿ ਇਹ ਨਵੀਂ ਗੱਡੀ ਹੈ, ਇਹ ਤਾਂ ਮਾੜਾ ਹਾਲ ਕੀ ਹੋ ਸਕਦਾ? ਅਤੇ ਹੁਣ ਜਿਹੜਾ ਤੁਸੀਂ ਦੇਖੋ ਜੋ ਹਾਲਾਤ ਫਾਈਨੈਂਸ਼ਲੀ ਜੋ ਹਾਲਾਤ ਸਟੇਟ ਦੀ ਹੈ, ਕੋਈ ਪਤਾ ਹੀ ਨਹੀਂ ਕੀ ਹੋ ਰਿਹਾ ਅਗਲੇ ਸਾਲਾਂ ਦੇ ਅੰਦਰ। ਰੈਵਨਿਊ ਗਰੋਥ ਮੈਂ ਪਤਾ ਕਰ ਰਿਹਾ ਸੀ, ਪਹਿਲਾਂ ਮੈਂ ਅਖਬਾਰਾਂ 'ਚ ਪੜ੍ਹਿਆ ਹੁਣੀ, ਇਹਨਾਂ ਦਾ ਟਾਰਗੇਟ ਸੀ 90,000 ਕਰੋੜ, ਪਿਛਲਾ ਬਜਟ ਜੋ ਪੇਸ਼ ਕੀਤਾ ਸੀ ਕਿ 90,000 ਕਰੋੜ ਦੀ ਆਮਦਨ ਆਊਗੀ ਸਾਨੂੰ ਸਾਲ 'ਚ, ਸਾਰੀ ਸੈਂਟਰ ਤੋਂ ਲੈ ਕੇ ਮਿਲਾ ਕੇ। ਅੱਜ 3 ਮਹੀਨੇ ਰਹਿ ਗਏ, 60,000 ਕਰੋੜ ਵੀ ਨਹੀਂ ਪਹੁੰਚੀ। ਅਤੇ ਫਿਰ ਤੁਹਾਡਾ ਕੈਪੀਟਲ ਐਕਸਪੈਂਡੀਚਰ 1 ਰੁਪਿਆ ਨਹੀਂ ਕੀਤਾ ਇਹਨਾਂ ਨੇ ਇੱਕ ਸਾਲ 'ਚ, ਇੱਕ ਵੀ ਨਵੀਂ ਸੜਕ, ਕੋਈ ਨਵਾਂ ਸਕੂਲ। ਹੁਣ ਜਿਹੜੇ ਇਹਨਾਂ ਨੇ ਨਵਾਂ ਸਕੀਮ ਬਣਾ ਦੀ, ਅਸੀਂ ਇੱਕ ਵਧੀਆ ਸਕੂਲ, ਪਤਾ ਨਾਂ ਕੀ ਦਿੱਤਾ ਸੀ ਉਹਨਾਂ ਨੇ, ਐਮੀਨੈਂਸ ਸਕੂਲ। ਕੀ ਕੀਤਾ ਉਹਨਾਂ ਨੇ, ਜਿਹੜਾ ਬਾਦਲ ਸਾਹਿਬ ਨੇ ਉਹ ਜਿਹੜੇ ਆਪਣੇ ਮੈਰੀਟੋਰੀਅਸ ਸਕੂਲ ਬਣਾਏ ਸੀ, ਉਹਨਾਂ ਦਾ ਨਾਂ ਫਿਰ ਤੋਂ ਚੇਂਜ ਕਰਤਾ। ਨਾ ਇਹਨਾਂ ਦੀ ਪੋਲਿਸੀ ਹੈ ਕਿ ਨਾ ਚੇਂਜ ਕਰ ਕਰਕੇ ਆਪਣੀਆਂ ਫੋਟੋਆਂ ਲਾਈ ਜਾਓ। ਤੁਹਾਨੂੰ ਪੰਜਾਬ ਦੀ ਜਨਤਾ ਨੇ ਨਾ ਚੇਂਜ ਕਰਨ ਵਾਸਤੇ ਮੁੱਖ ਮੰਤਰੀ ਨਹੀਂ ਬਣਾਇਆ, ਉਹਨਾਂ ਦੀ ਜ਼ਿੰਦਗੀ ਚੇਂਜ ਕਰਨ ਵਾਸਤੇ, ਇੰਪਰੂਵ ਕਰਨ ਵਾਸਤੇ ਮੁੱਖ ਮੰਤਰੀ ਬਣਾਇਆ। ਮੈਨੂੰ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਸ ਉਮੀਦ ਨਾਲ ਲੋਕਾਂ ਨੇ ਬਣਾਇਆ, ਤੁਸੀਂ ਸਾਰਿਆਂ ਦੀ ਉਮੀਦਾਂ ਤੋੜ ਦਿੱਤੀਆਂ। ਮੈਨੂੰ ਬੜਾ ਦੁੱਖ ਹੈ, ਦਿਲੋਂ ਦੁੱਖ ਹੈ ਕਿ ਬੜਾ ਤਿਨਕਾ ਤਿਨਕਾ ਇਕੱਠਾ ਕਰਕੇ ਅਸੀਂ ਪਿਛਲੇ 10 ਸਾਲ ਆਪਣੀ ਸਰਕਾਰ 'ਚ ਪੰਜਾਬ ਦੇ ਵਿੱਚ ਤਰੱਕੀ ਲਿਆਂਦੀ, ਪੰਜਾਬ ਦੇ ਹਰ ਵਰਗ ਨੂੰ ਉੱਚੇ ਚੱਕਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਤੁਸੀਂ ਦੇਖਿਆ ਹਰ ਰੋਜ਼ ਨਵੀਂ ਚੀਜ਼ ਬਣਦੀ ਸੀ। ਯਾਦ ਕਰੋ ਪਹਿਲੇ ਕਿੰਨੇ ਰੇਲਵੇ ਫਾਟਕ ਹੁੰਦੇ ਸੀ ਪੰਜਾਬ 'ਚ, ਜਿਹੜੇ ਪਿੰਡ 'ਚ ਡੱਬਦੇ ਰੇਲਵੇ ਹੁੰਦਾ ਸੀ ਉਹਦੇ ਫਾਟਕ ਆ ਜਾਂਦੇ, ਸ਼ਹਿਰਾਂ 'ਚ ਰੇਲਵੇ ਵਿੱਚ ਆਪਣੇ ਫਾਟਕ ਹੁੰਦੇ ਸੀ। ਅੱਜ ਕਿਤੇ ਯਾਦ ਆਉਂਦੇ ਫਾਟਕ ਦਿਖਦੇ ਆ? ਜਿੰਨੇ ਰੇਲਵੇ ਬ੍ਰਿਜਾਂ ਦੇ ਉੱਤੇ ਫਾਟਕਾਂ ਦੇ ਉੱਤੇ ਬੁੱਲ ਬਣਾਇਆ, ਸਾਰੀ ਸ਼੍ਰੋਮਣੀ ਅਕਾਲੀ ਦਲ ਦੇ। ਅੱਜ ਤੁਸੀਂ ਅੰਮ੍ਰਿਤਸਰ ਤੋਂ ਪੰਜਾਬ ਦੇ ਕਿਸੇ ਕੋਨੇ 'ਚ ਜੋ ਸੜਕਾਂ 4 ਲੇਨ 6 ਲੇਨ ਸਾਰੀਆਂ ਹੀ ਅਕਾਲੀ ਦਲ ਦੀਆਂ, ਪਾਵਰ ਸਰਪਲਸ ਅਕਾਲੀ ਦਲ, ਏਅਰਪੋਰਟ ਅਕਾਲੀ ਦਲ, ਗੁਰੂ ਦੀ ਨਗਰੀ ਦੀ ਮੈਂ ਗੱਲ ਕਰ ਰਿਹਾ, ਮੈਂ ਹਰ ਵਾਰ ਇੱਥੇ ਆ ਕੇ ਜ਼ਿਕਰ ਕਰਦਾ ਜੋ ਬੁਰਾ ਹਾਲ ਹੋ ਗਿਆ। ਕੱਲ੍ਹ ਮੈਂ ਉਹ ਜਿਹੜੀ ਖਾਲਸਾ ਕਾਲਜ ਦੇ ਸਾਹਮਣੇ ਸੜਕ ਹੈ, ਮੈਂ ਉੱਥੇ ਜਾ ਰਿਹਾ ਸੀ, ਬੜੀ ਖੂਬਸੂਰਤ ਬਣਾਈ ਸੀ, ਬੜਾ ਉੱਥੇ ਗੰਦ ਹੁੰਦਾ ਸੀ, ਅਸੀਂ ਚੌੜੀ ਕਰਕੇ ਬਹੁਤ ਵਧੀਆ ਉੱਥੇ ਸਿਸਟਮ ਬਣਾਇਆ ਸੀ। ਮੈਨੂੰ ਬੜਾ ਦੁੱਖ ਹੈ, ਸਾਰਾ ਕੁਛ ਟੁੱਟਿਆ ਪਿਆ। ਆ ਵਿਰਾਸਤ ਏ ਮਾਰਗ ਦਰਬਾਰ ਸਾਹਿਬ ਦੇ ਬਾਅਦ ਕਿੰਨਾ ਖੂਬਸੂਰਤ ਬਣਾਇਆ ਸੀ, ਅੱਜ ਹਾਲਾਤ ਦੇਖੋ ਉੱਥੇ ਕੀ ਹੈ। ਇਹਨਾਂ ਦੇ ਮਨ 'ਚ ਕੋਈ ਚਾਅ ਹੀ ਨਹੀਂ, ਇਹਨਾਂ ਮਨ 'ਚ ਕੋਈ ਜਜ਼ਬਾ ਹੀ ਨਹੀਂ ਕੰਮ ਕਰਨ ਦਾ। ਇਸ ਕਰਕੇ ਮੈਂ ਪੰਜਾਬੀਆਂ ਨੂੰ ਆਈ ਬੇਨਤੀ ਕਰਨਾ ਚਾਹੁੰਦਾ, ਆਪਾਂ ਪਛਾਣੀਏ ਆਪਣੇ ਕਿਹੜੇ ਹੈ। ਆ ਜਿੰਨੀਆਂ ਪਾਰਟੀਆਂ, ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਆਈ ਬੇਨਤੀ ਕਰਨਾ ਚਾਹੁੰਦਾ, ਆ 4 ਪਾਰਟੀਆਂ ਅੱਜ ਮੈਦਾਨ 'ਚ, ਆਮ ਆਦਮੀ ਪਾਰਟੀ, ਕਾਂਗਰਸ, BJP ਅਤੇ ਸ਼੍ਰੋਮਣੀ ਅਕਾਲੀ ਦਲ। ਆ 4ਾਂ 'ਚ ਇਕੱਲੀ 1 ਪੰਜਾਬੀਆਂ ਦੀ ਹੈ ਸ਼੍ਰੋਮਣੀ ਅਕਾਲੀ ਦਲ, ਤੁਹਾਡੀ ਆਪਣੀ ਕੌਮ ਦੀ ਪੰਥ ਦੀ ਪਾਰਟੀ ਹੈ, ਬਾਕੀ ਸਾਰੀਆਂ ਬਾਹਰ ਦੀਆਂ। ਕਿਸੇ ਦਾ ਕੋਈ ਲਗਾਅ ਪੰਜਾਬ ਨਾਲ ਨਹੀਂ, ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਕੇਜਰੀਵਾਲ ਨੂੰ ਕੀ ਫਿਕਰ ਹੈ ਪੰਜਾਬ ਦਾ? ਅੱਜ ਰਾਘਵ ਚੱਡਾ ਚੀਫ ਮਿਨਿਸਟਰ ਬਣਾਇਆ ਫਿਰਦਾ, ਉਹਨੂੰ ਕੀ ਫਿਕਰ ਹੈ? ਇੱਥੇ ਜਿਉਂਦੇ ਮਰਦੇ ਹੈ। ਜੇ ਫਿਕਰ ਹੈ, ਜੇ ਚਿੰਤਾ ਹੈ, ਤਾਂ ਅਕਾਲੀ ਦਲ ਨੂੰ ਚਿੰਤਾ ਹੈ, ਤੁਹਾਡੀ ਪਾਰਟੀ ਹੈ, ਤੁਹਾਡੀ ਆਪਣੀ ਖੂਨ ਪਸੀਨੇ ਨਾਲ ਸਿੱਚੀ ਹੋਈ ਪਾਰਟੀ ਹੈ। ਇਸ ਪਾਰਟੀ ਨੂੰ ਤਕੜਾ ਰੱਖੋ ਜੇ ਪੰਜਾਬ ਨੂੰ ਬਚਾਉਣਾ ਹੈ। ਜੇ ਆਪਾਂ ਦੂਜੀਆਂ ਪਾਰਟੀਆਂ ਦੇ
ਮਗਰ ਲੱਗੇ ਰਹੇ। ਆਹ 7 ਸਾਲ ਦੇਖ ਲਏ ਕਿੰਨੀ ਵੱਡੀ ਬਰਬਾਦੀ ਹੋਈ ਹੈ। ਪੰਜਾਬ ਬਹੁਤ ਪਿੱਛੇ ਚਲੇ ਜਾਣਾ, ਅਜਿਹਾ ਸੂਬਾ ਬਣ ਜਾਣਾ ਕਿ ਤੁਸੀਂ ਆਪ ਇੱਥੇ ਕਹੋਗੇ ਕਿ ਇੱਥੇ ਕਿਵੇਂ ਰਹਾਂਗੇ। ਮੈਂ ਥੋੜ੍ਹੇ ਦਿਨ ਪਹਿਲੇ ਯੂਪੀ ਗਿਆ, ਮੈਂ ਜਾ ਕੇ ਆਇਆ ਸੀ ਲਖਨਊ, ਮੈਂ ਵਾਰਾਣਸੀ ਤੱਕ, ਕਿੰਨੀ ਤਰੱਕੀ ਹੋ ਗਈ ਉੱਥੇ। ਕਿਉਂ? ਕਿਉਂਕਿ ਉਹਨਾਂ ਸਰਕਾਰਾਂ ਨੇ ਮਿਹਨਤ ਕੀਤੀ। ਪਰ ਆਪਣੇ 7 ਸਾਲਾਂ 'ਚ ਜਿਵੇਂ ਆਪਣੇ 10 ਸਾਲਾਂ 'ਚ ਤਰੱਕੀ ਸ਼ੁਰੂ ਸੀ, ਜਾਂ 7 ਸਾਲ ਨਾ ਖਰਾਬ ਹੁੰਦੇ ਅੱਜ ਆਪਾਂ ਬਹੁਤ ਅੱਗੇ ਪਹੁੰਚਣਾ ਸੀ। ਪਰ ਫੈਸਲੇ ਜਨਤਾ ਦੇ ਹੈ, ਪਰ ਆਪਾਂ ਗਲਤ ਫੈਸਲਾ ਲੈ ਕੇ ਆਪਾਂ ਪੰਜਾਬ ਨੂੰ ਪਿੱਛੇ ਚੱਲ ਦਿੱਤਾ। ਪਰ ਕਿਵੇਂ ਨਾ ਕਿਵੇਂ ਆਪਾਂ ਫਿਰ ਵੀ ਇਕੱਠੇ ਹੋ ਕੇ ਆਪਣੀ ਕੌਮ ਦੀ, ਪੰਜਾਬੀਆਂ ਦੀ ਆਵਾਜ਼ ਇੱਕੋ ਇੱਕ ਹੈ, ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰੋ। ਤੁਸੀਂ ਹਰ ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹ ਲਓ, ਟੀ ਵੀ 'ਚ ਦੇਖ ਲਓ, ਕਿਤੇ ਨਾ ਕਿਤੇ ਕੋਈ ਨਾ ਕੋਈ ਕਿਡਨੈਪਿੰਗ ਹੋ ਰਹੀ ਹੈ, ਕੋਈ ਰੇਪ ਹੋ ਰਿਹਾ, ਕੋਈ ਧੱਕਾ ਹੋ ਰਿਹਾ। ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ ਟੂਰਿਸਟ ਸੈਂਟਰ ਹੈ, ਜੇ ਟੂਰਿਸਟ ਸੈਂਟਰ ਵਿੱਚ ਜਾਂ ਕੋਈ ਸਿੱਕਿਮ ਤੋਂ ਲੜਕੀ ਆਈ ਹੈ, ਜੇ ਉਹਦੇ ਨਾਲ ਹਾਦਸਾ ਹੋਇਆ, ਜਿਹਦੀ ਉਹਦੀ ਮੌਤ ਹੋਈ ਹੈ, ਉਹਦੀ ਸਨੈਚ, ਉਹਦੇ ਮੋਟਰ ਆਪਣੇ 3-wheeler ਤੋਂ ਕੱਢਿਆ, ਉਹਨੂੰ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੇ ਇਹੋ ਜਿਹੇ ਐਗਜ਼ਾਮਪਲ ਪਬਲਿਕ ਦੁਨੀਆ ਜਾਣਗੇ, ਕੌਣ ਆਊਗਾ ਅੰਮ੍ਰਿਤਸਰ? ਆਹ ਸਾਰੀ ਮੈਂ ਕਹਿੰਦਾ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਹੈ। ਇੰਨਾ ਨਲਾਇਕ ਮੁੱਖ ਮੰਤਰੀ, ਨਿਖਿੱਧ ਮੁੱਖ ਮੰਤਰੀ ਆਪਾਂ ਨੂੰ ਮਿਲਿਆ, ਜਿਹਨੂੰ ਕੋਈ ਪ੍ਰਵਾਹ ਦੀ ਫਿਕਰ ਨਹੀਂ। ਡੇਰਾ ਸਰਸਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾਂਦੀ ਹੈ, ਔਰ ਭਗਵੰਤ ਮਾਨ ਜੀ ਉਹਨੂੰ ਪੰਜਾਬ 'ਚ ਇਨਵਾਈਟ ਕਰ ਰਹੇ ਨੇ ਵੀ ਇੱਥੇ ਆ ਕੇ ਪ੍ਰੋਗਰਾਮ। ਦੇਖੋ, ਪੰਜਾਬ ਦੀ ਜੋ ਹਾਲਾਤ ਹੈ, ਸੈਂਸਿਟਿਵ ਨੂੰ ਦੇਖਣਾ ਚਾਹੀਦਾ ਹੈ। ਇੱਕ ਕਾਨੂੰਨ ਹੈ ਦੇਸ਼ ਦਾ, ਪੈਰੋਲ ਇੱਕ ਐਜੀ ਚੀਜ਼ ਹੁੰਦੀ ਹੈ, ਇੱਕ ਸਪੈਸੀਫਿਕ ਰੀਜ਼ਨ ਵਾਸਤੇ, ਕਿਤੇ ਕਿਤੇ ਬੜੀ ਲਿਮਿਟਿਡ ਟਾਈਮ 'ਤੇ ਕਿਸੇ ਦਾ ਕੋਈ ਪਰਿਵਾਰ 'ਚ ਕੋਈ ਬਹੁਤ ਇੰਪੋਰਟੈਂਟ ਚੀਜ਼ ਹੋ ਜੇ। ਐ ਨਹੀਂ ਹੈ ਕਿ ਆਪਾਂ ਆਪਣੇ ਪੋਲੀਟੀਕਲ ਏਜੰਡਾ ਪੂਰਾ ਕਰਨਾ ਹੈ, ਇੱਕ ਇਨਸਾਨ ਇੱਕ ਬੰਦੇ ਨੂੰ ਯੂਜ਼ ਕਰਨਾ ਹੈ। ਕੀ ਬੰਦੀ ਸਿੱਖਾਂ ਨੂੰ ਇੱਕ ਦਿਨ 1 ਘੰਟਾ ਵੀ ਪਰੋਲ ਦਿੱਤੀ ਹੈ? ਆਹ ਦੋੜੀ ਨਿੱਜੀ ਨੀਤੀ ਦੇਸ਼ 'ਚ ਨਹੀਂ ਹੋਣੀ ਚਾਹੀਦੀ। ਹਾਈ ਕੋਰਟ ਨੇ ਨਸ਼ਿਆਂ 'ਤੇ ਲੈ ਕੇ ਪੰਜਾਬ ਸਰਕਾਰ ਨੂੰ ਝੜ ਪਾਈ ਹੈ ਕਿ ਇਹਦਾ ਕੋਈ ਹੱਲ ਕਰੋ ਜਾਂ ਵੱਧ ਤੋਂ ਵੱਧ ਹੱਲ ਹੋ ਨਹੀਂ ਸਕਦਾ, ਕਿਉਂਕਿ ਜੇ ਜੀ ਸਰਕਾਰ ਬੈਠੀ ਹੈ, ਆਹ ਸਰਕਾਰ ਹੀ ਜਿੰਨੇ ਇਹਨਾਂ ਦੇ MLA ਹੈ, ਮੈਂ ਤੁਸੀਂ ਉਹਨਾਂ ਦਾ ਬੈਕਗਰਾਊਂਡ ਚੈੱਕ ਕਰੋ, MLA ਦਾ ਇਹਨਾਂ ਦਾ ਜਿਹੜਾ ਬੈਕਗਰਾਊਂਡ ਹੈ, ਕਈ ਪੁਰਾਣੇ ਨਸ਼ੇ ਵੇਚਣ ਵਾਲੇ ਹੈ। ਹੁਣ ਇਹਨਾਂ ਨੇ MLA ਨੇ ਸੋਚ ਲਿਆ ਕਿ ਅਗਲੀ ਵਾਰ ਤਾਂ ਅਸੀਂ ਆਉਣਾ ਨਹੀਂ, ਹੁਣ ਪੈਸੇ ਇਕੱਠੇ ਕਰੀਏ, ਅਤੇ ਉਹ ਜਿੰਨੇ ਨਸ਼ੇ ਵੇਚਣ ਵਾਲੇ ਆ ਉਹਨਾਂ ਦਾ ਮਹੀਨਾ ਬੰਨ ਲਿਆ ਇਹਨਾਂ ਨੇ। SSP ਨਾਲ ਮੈਂ ਗੱਲ ਕੀਤੀ, ਉਹ ਕਹਿੰਦਾ ਜੀ ਅਸੀਂ ਕੀ ਕਰੀਏ, ਸਾਨੂੰ ਉੱਤੋਂ CMO ਉੱਤੋਂ ਫੋਨ ਆ ਜਾਂਦਾ, ਸਾਨੂੰ ਆ ਜਾਂਦਾ, ਮੈਂ ਐਕਸ਼ਨ ਨਹੀਂ ਲੈ ਸਕਦਾ। ਜੇ ਇਹੋ ਜਿਹੀ ਹਾਲਾਤ ਹੋਊਗੀ ਤਾਂ ਫਿਰ ਹੋਊਗਾ ਕੀ? ਜਿਵੇਂ ਮੈਂ ਪਹਿਲੇ 3 ਗੱਲਾਂ ਕੀਤੀਆਂ, ਮੈਂ ਰੇਤੀ ਬਾਰੇ ਵੀ ਆਹ ਗੱਲ ਕਰਨਾ ਚਾਹੁੰਦਾ। ਬਾਰ ਬਾਰ ਕਹਿੰਦੇ ਸੀ, ਮੈਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਰਾਹੀਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਰੇਤੇ ਦਾ ਕੀ ਰੇਟ ਸੀ? ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਰੇਤੇ ਦਾ ਕੀ ਰੇਟ ਸੀ? ਅਤੇ ਅੱਜ ਕੀ ਰੇਟ ਹੈ? ਸਭ ਤੋਂ ਸਸਤਾ ਰੇਤਾ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਸੀ। ਕਿਸੇ ਨੇ ਉਹਦੇ ਬਾਅਦ ਦੁੱਗਣਾ ਤਿਗਣਾ ਕੈਪਟਨ ਨੇ ਕਰਤਾ, ਅਤੇ ਅੱਜ ਤਾਂ ਜਮਾਂ ਹੀ ਲੁੱਟ ਮਚਾਤੀ। ਅਤੇ ਫਿਰ ਰੇਤ ਮਾਫੀਆ ਕੌਣ ਹੈ? ਬਦਨਾਮ ਅਕਾਲੀ ਦਲ ਨੂੰ, ਕਿਉਂਕਿ ਆ ਜਿਹੜੀਆਂ ਨੈਸ਼ਨਲ ਪਾਰਟੀਆਂ, ਏਜੰਡਾ ਸੀ ਕਿ ਰੀਜਨਲ ਪਾਰਟੀਆਂ, ਖੇਤਰੀ ਪਾਰਟੀਆਂ ਨੂੰ ਖਤਮ ਕਰਨਾ ਹੈ। ਆਹ ਏਜੰਡਾ
ਆ ਨੈਸ਼ਨਲ ਪਾਰਟੀਆਂ ਦਾ ਹੈ, ਉਹਨਾਂ ਦਾ ਟਾਰਗੇਟ ਸੀ ਕਿ ਆ ਖੇਤਰੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਇਹਨੂੰ ਖਤਮ ਕਰ ਦਿਓ, ਝੂਠੇ ਪ੍ਰਚਾਰ, ਝੂਠੇ ਪ੍ਰਣਾਮ, ਬੇਅਦਬੀ ਦਾ ਇਹਨੇ ਝੂਠਾ ਇਲਜ਼ਾਮ ਲਾਇਆ। ਜਿਨ੍ਹਾਂ ਨੇ ਬੇਅਦਬੀ ਦਾ ਇਲਜ਼ਾਮ ਲਾਇਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਅੱਜ ਬੈਠੇ ਕਿੱਥੇ ਹੈ? ਦਾਦੂਵਾਲ ਕਿੱਥੇ ਬੈਠਾ ਬੀਜੇਪੀ ਨਾਲ? ਮੰਡ ਸਾਹਿਬ ਕਿੱਥੇ ਹੈ? ਜਦੋਂ ਬੇਅਦਬੀਆਂ ਅੱਜ ਕੱਲ੍ਹ ਹੋਈਆਂ ਕਿਤੇ ਉਹ ਧਰਨਾ ਦਿੱਤਾ ਉਹਨਾਂ ਨੇ? ਮਤਲਬ ਕੀ ਸੀ? ਇੱਕ ਏਜੰਡਾ ਸੀ ਸਾਰਿਆਂ ਦਾ, ਇੱਕੋ ਹੀ ਏਜੰਡਾ ਸੀ ਕਿ ਅਸੀਂ ਖੇਤਰੀ ਪਾਰਟੀ ਖਤਮ ਕਰਨੀ ਹੈ, ਆਹ ਇੱਕ ਕੌਮ ਦੀ ਆਵਾਜ਼ ਹੈ, ਜੇ ਆਹ ਖਤਮ ਹੋ ਗਈ, ਆਵਾਜ਼ ਖਤਮ ਕਰਤੀ, ਫਿਰ ਸਾਡੇ ਕੋਲ ਕੋਈ ਅੱਗੇ ਬੋਲਣ ਵਾਲਾ ਸਾਡੇ ਸਾਹਮਣੇ ਨਹੀਂ ਹੈ। ਅਤੇ ਉਹ ਆਪਣੇ ਆਪਣੇ ਜਿਹੜੇ ਏਜੰਡੇ 'ਚ ਕਾਮਯਾਬ ਹੋਏ। ਅਤੇ ਅੱਜ ਦੇਖੋ ਕਿ ਕਾਮਯਾਬ ਹੋਣ ਦੇ ਬਾਅਦ ਕੀ ਹੋਇਆ, ਫਿਰ ਉਹਨਾਂ ਨੇ ਨੈਸ਼ਨਲ ਪਾਰਟੀ ਆ ਬੀਜੇਪੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰ ਲਿਆ, ਹੁਣ ਹਰਿਆਣੇ 'ਚ ਵੀ ਕਬਜ਼ਾ ਕਰ ਲਿਆ। ਜੇ ਤੁਸੀਂ ਆਪਣੀ ਸਿੱਖ ਸੰਸਥਾ 'ਤੇ ਜੇ ਤੁਸੀਂ ਅਜਿਹੀਆਂ ਪਾਰਟੀਆਂ 'ਤੇ ਕਬਜ਼ਾ ਕਰਾ ਦੋਗੇ ਤਾਂ ਫਿਰ ਨੁਕਸਾਨ ਕਿਹਦਾ? ਆਪਣਾ ਹੀ ਹੈ ਨਾ। ਅਤੇ ਲੜਨ ਵਾਲੀ ਇਕੱਲੀ ਕੋਈ ਸ਼੍ਰੋਮਣੀ ਅਕਾਲੀ ਦਲ ਨਾਂ ਬੜੇ ਲਿਖਦੇ ਆ, ਵੀ ਅਕਾਲੀ ਦਲ, ਆਹ ਵੀ ਅਕਾਲੀ ਦਲ, ਉਹਨਾਂ ਜਿਹੜੇ ਲੋਕ ਨਾਂ ਲੈਂਦੇ ਆਪਣੇ ਅਕਾਲੀ ਦਲ ਜਾਂ ਆਪਣੇ ਆਪ ਨੂੰ ਪੰਥਕ ਘਟਾਉਂਦੇ ਆ, ਪੰਥਕ ਜਥੇਬੰਦੀ ਘਟਾਉਂਦੇ ਆ, ਉਹਨਾਂ ਦਾ ਪਿਛੋਕੜ ਤਾਂ ਦੇਖੋ, ਪਤਾ ਕਰੋ ਉਹਨਾਂ ਨੇ ਪੰਥ ਵਾਸਤੇ ਕੀਤਾ ਕੀ ਹੈ, ਕੀ ਉਹਨਾਂ ਨੇ ਕੋਈ ਕੁਰਬਾਨੀ ਕੀਤੀ ਹੈ? ਆਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਆਹ 100 ਸਾਲ ਪੁਰਾਣੀ ਪਾਰਟੀ ਹੈ, ਆਪਣਾ ਇੱਕ ਫਰੰਟ, ਆਪਣੀ ਫੌਜ ਹੈ, ਕੌਮ ਦੀ ਫੌਜ ਹੈ, ਪੰਜਾਬ ਦੀ ਫੌਜ ਹੈ। ਜੇ ਫੌਜ ਕਮਜ਼ੋਰ ਕਰਨੀ ਹੈ ਤਾਂ ਫਿਰ ਤਾਂ ਕਬਜ਼ਾ ਤੁਹਾਡੇ 'ਤੇ ਹੋਣਾ ਹੀ ਹੈ। ਇਸ ਕਰਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ, ਹਲੇ ਵੀ ਕੋਈ ਨਹੀਂ ਵਿਗੜਿਆ, ਇਕੱਠੇ ਹੋ ਕੇ ਆਪਾਂ ਇੱਕਮੁੱਠ ਹੋ ਕੇ ਆਹ ਜਿਹੜੇ ਆਪਣੇ ਨੈਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਖਿਲਾਫ ਆਪਾਂ ਇਕੱਠੇ ਹੋਈਏ, ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਤਾਂ ਪੰਜਾਬ ਬਚ ਸਕਦਾ।
ਹੀ ਜਾਂਦੇ, ਜੋ ਹੋਇਆ ਚੰਗਾ ਹੋਇਆ। ਅੰਦਰ ਹੈਗੀ, ਅੰਦਰ ਆ ਗਏ, ਆ ਗਏ ਹੁਣੇ ਗਏ ਅੰਦਰ, ਪਰਿਕਰਮਾ ਚ ਜਾਣ ਦੇ ਅੰਦਰ। ਬਾਜੂ ਝਾੜ ਲਓ ਬਾਜੂ, ਲੱਗੀ ਠੀਕ ਹੈ ਭਾਈ। ਹਾਂ ਹਾਂ ਹਾਂ।